ਆਟੋ ਤੇ ਲਗਾਇਆ ਨਿਸ਼ਾਨ ਸਾਹਿਬ। ਆਟੋ ਦੇ ਅੰਦਰ ਲਿਖਿਆ ਵਾਹਿਗੁਰੂ ਦਾ ਨਾਮ। ਤਖਤੀਆਂ ਤੇ ਲਿਖੀਆਂ ਗੁਰਬਾਣੀ ਦੀਆਂ ਤੁੱਕਾਂ। ਤਸਵੀਰਾਂ ਦੇ ਵਿੱਚ ਇਹ ਜੋ ਆਟੋ ਤੁਸੀਂ ਦੇਖ ਰਹੇ ਹੋ, ਇਸ ਵਿੱਚ ਬੈਠੀ ਸਵਾਰੀ ਆਪਣੇ ਆਪ ਹੀ ਵਾਹਿਗੁਰੂ ਦਾ ਨਾਮ ਜਪਣ ਲੱਗ ਪੈਂਦੀ ਹੈ, ਕਿਉਂਕਿ ਇਸੇ ਗੁਰਸਿੱਖ ਆਟੋ ਚਾਲਕ ਦੇ ਵੱਲੋਂ ਇਸ ਨੂੰ ਬਣਾਇਆ ਹੀ ਇਸ ਤਰ੍ਹਾਂ ਗਿਆ ਹੈ। ਆਟੋ 'ਚ ਬੈਠਣ ਤੋਂ ਪਹਿਲਾਂ ਜਾਂ ਆਟੋ 'ਚ ਬੈਠਣ ਵੇਲੇ ਵੀ ਅੰਦਰ ਤੇ ਬਾਹਰ ਗੁਰਬਾਣੀ ਦੀਆਂ ਤੁੱਕਾਂ ਤੇ ਵਾਹਿਗੁਰੂ ਦਾ ਸਿਮਰਨ ਹੈ, ਜਿੱਥੇ ਆਪਣੇ ਆਪ ਹੱਥ ਜੋੜ ਕੇ ਮਨ ਕਰਦਾ ਹੈ ਕਿ ਵਾਹਿਗੁਰੂ ਦਾ ਜਾਪ ਕਰੀਏ। ਇਸ ਗੁਰਸਿੱਖ ਦੇ ਵੱਲੋਂ ਇੱਕ ਖਾਸ ਉਪਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿ ਅੰਮ੍ਰਿਤ ਛਕੋ ਤੇ ਸਿੰਘ ਸਜੋ, ਗੁਰੂ ਦੇ ਲੜ ਲੱਗੋ। ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਇੱਕ ਗੁਰਸਿੱਖ ਆਪਣੇ ਆਟੋ ਰਾਹੀਂ ਸੰਗਤਾਂ ਨੂੰ, ਸਵਾਰੀਆਂ ਨੂੰ ਵਾਹਿਗੁਰੂ ਨਾਲ ਜੋੜ ਰਿਹਾ ਹੈ। ਇਸ ਗੁਰਸਿੱਖ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਇੱਕ ਖਾਸ ਉਪਰਾਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਖੁਦ ਵੀ ਗੁਰੂ ਦੀ ਸ਼ਕਤੀ ਨੂੰ ਮੰਨਦਾ ਹੈ, ਗੁਰੂ ਦੀ ਭਗਤੀ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਹੋਰ ਲੋਕ ਵੀ ਗੁਰੂ ਦੇ ਲੜ ਲੱਗਣ। ਇਸੇ ਲਈ ਉਸ ਵੱਲੋਂ ਇਸ ਆਟੋ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਚਾਹੇ ਇਹ ਆਟੋ ਕਿਤੋਂ ਗੁਜ਼ਰ ਵੀ ਰਿਹਾ ਹੋਵੇ ਤਾਂ ਵੀ ਲੋਕ ਇਸ ਤੇ ਗੁਰਬਾਣੀ ਦੀਆਂ ਲਿਖੀਆਂ ਤੁੱਕਾਂ ਪੜ੍ਹਦੇ ਨੇ। ਕਿਸੇ ਨਾ ਕਿਸੇ ਤਰ੍ਹਾਂ ਗੁਰਬਾਣੀ ਉਹਨਾਂ ਦੇ ਮੂੰਹ ਤੇ ਜ਼ਰੂਰ ਆਉਂਦੀ ਹੈ, ਜਿਸ ਕਰਕੇ ਉਹ ਗੁਰੂ ਵਾਲੇ ਵੀ ਬਣ ਸਕਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਪੰਜਾਬ ਦੇ ਨੌਜਵਾਨ ਜਿੱਥੇ ਨਸ਼ੇ ਦੀ ਦਲਦਲ 'ਚ ਫਸ ਰਹੇ ਨੇ, ਹੋਰ ਕਈ ਕੁਰੀਤੀਆਂ ਸਮਾਜ 'ਚ ਚੱਲ ਰਹੀਆਂ ਨੇ, ਤੇ ਉਸ ਵਿਚਾਲੇ ਦੋ ਪਲ ਲਈ ਵੀ ਜੇ ਵਾਹਿਗੁਰੂ ਦਾ ਨਾਮ ਜ਼ੁਬਾਨ ਤੇ ਆਵੇ ਤਾਂ ਉਹਦੇ ਨਾਲ ਵੀ ਕਈ ਦੁੱਖ ਦੂਰ ਹੋ ਸਕਦੇ ਨੇ। ਹਾਂਜੀ, ਅੱਜ ਦੇਖੋ ਖੰਡੇ ਬਾਟੇ ਦੀ ਭੌਲ ਦਾ ਜਿਹੜਾ ਦਿਹਾੜਾ ਹੈਗਾ, ਸੋ ਇੱਕ ਸਿੱਖੀ ਵਿੱਚ ਜਿਹੜੇ ਇਤਿਹਾਸ ਵਿੱਚ ਬਹੁਤ ਇੱਕ ਵੱਡਾ ਦਿਹਾੜਾ ਮੰਨਿਆ ਗਿਆ, ਜਿਹਦੇ ਵਿੱਚ ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਜਿਹੜਾ ਹੈ, ਜਿਹਦਾ ਮਨ ਹੈ ਛਕਣ ਦਾ, ਉਸਨੂੰ ਛੱਕ ਕੇ ਅੰਮ੍ਰਿਤ ਬਾਟੇ ਦੀ ਭੌਲ ਲੈ ਕੇ ਸੋ ਗੁਰੂ ਵਾਲੇ ਬਣਨ ਦਾ ਅੱਜ ਦਿੱਤਾ ਦਿਨ। ਮਨ 'ਚ ਵਿੱਚ ਕਿੱਦਾਂ ਆਇਆ ਕਿ ਭਗਤੀਆਂ ਲਿਖ ਕੇ ਮੈਂ ਪ੍ਰਚਾਰ ਕਰਾਂ? ਇਹ ਮੇਰਾ ਸ਼ੁਰੂ ਤੋਂ ਹੀ ਮੇਰਾ ਨਿੱਕੇ ਤੋਂ ਹੀ, ਮੈਂ ਲਿਖਣ ਦਾ ਜਿਹੜਾ ਇੱਕ ਮੇਰਾ ਜਿਹੜਾ ਹੈ ਨਾ, ਇੱਕ ਲਿਖਾਰੀ ਦਾ ਕੰਮ ਮੇਰਾ ਨਿੱਕੇ ਤੋਂ ਚੱਲਦਾ ਆਇਆ। ਮੈਂ ਗੁਰੂ ਘਰ ਦੇ ਵਿੱਚ, ਜਦੋਂ ਮੇਰੀ ਦਾੜੀ ਨਹੀਂ ਆਈ ਸੀ, ਮੈਂ ਨਿੱਕਾ ਜਿਹਾ ਸੀ, ਉਦੋਂ ਹੀ ਮੈਂ ਹੁਕਮਨਾਮਾ ਜਿਹੜਾ ਮੈਂ ਗੁਰੂ ਘਰ ਦੇ ਵਿੱਚ ਲਿਖਦਾ ਰਿਹਾ, ਫੌਜ ਦੇ ਗੁਰੂ ਘਰ ਦੇ ਵਿੱਚ। ਉਸ ਤੋਂ ਬਾਅਦ ਮੈਂ ਫਿਰ ਜਿੱਦਾਂ ਇਹਦਾ ਲਿਖਦੇ ਲਿਖਦੇ ਮੇਰਾ ਇੱਕ ਮਨ ਡਿਜ਼ਾਇਨ ਡਰਾਇੰਗ ਵਾਲੇ ਚੀਜ਼ਾਂ ਬਣਾਉਣ ਦਾ, ਬੋਰਡ ਬਣਾਉਣ, ਉਸ ਵਿੱਚ ਮੇਰਾ ਮਨ ਜਿਹੜਾ ਬੜਾ ਨਾਲ ਗਰੰਥੀ ਸਿੰਘ ਦੀ ਡਿਊਟੀ ਵੀ ਗੁਰੂ ਘਰ ਦੇ ਵਿੱਚ ਕਰਦਾ ਰਿਹਾ, ਸੋ ਲਿਖਣ ਦਾ ਵੀ ਜਿਹੜਾ ਮਨ ਸ਼ੁਰੂ ਵਿੱਚ ਚੱਲਦਾ ਰਿਹਾ। ਸੋ ਮੇਰਾ ਇੱਕ ਇਸੇ ਕਰਕੇ ਇੱਕ ਮੈਸੇਜ ਜਿਹੜਾ ਲਿਖ ਕੇ ਇੱਕ ਦੱਸਣ ਦਾ ਸੀ ਕਿ ਜਿਹੜੀਆਂ ਲੋਕ ਜਾਗਰੂਕ ਹੁੰਦੇ। ਹਾਂਜੀ, ਪਹਿਲੀ ਗੱਲ ਜਿਹੜੀ ਮੈਂ ਲਿਖੀ ਗਈ ਹੈ ਕਿ ਉਹ ਪੌਲ ਖੰਡ ਤਾਰ ਹੋਏ ਜਨਮ ਸੁਹੇਲਾ, ਕਿਉਂਕਿ ਖੰਡੇ ਦੀ ਪੌਲ ਲੈਣ ਨਾਲ ਸਾਡਾ ਇੱਕ ਜੀਵਨ ਬਦਲ ਜਾਂਦਾ, ਸਾਡੇ ਜੀਵਨ ਇੱਕ ਤਬਦੀਲੀ ਆ ਜਾਂਦੀ। ਜਿੱਦਾਂ ਆਪਾਂ ਮੰਨੋ ਨਸ਼ਾ ਕਰ ਰਹੇ ਹਾਂ ਜਾਂ ਹੋਰ ਅਸੀਂ ਗਲਤ ਰਾਹ ਵਾਸਤੇ ਤੁਰੇ ਪਏ ਹਾਂ, ਸੋ ਉਹ ਰਾਹ ਛੱਡ ਕੇ ਇਹ ਗੁਰੂ ਵਾਲੇ ਪਾਸੇ ਰਾਹ ਵਾਸਤੇ ਤੁਰ ਪਾਉਂਦੇ ਆ ਜਾਂਦੇ ਆ। ਸੋ ਇਸ ਕਰਕੇ ਇਹ ਜਨਮ ਸੁਹੇਲਾ ਬਣ ਜਾਂਦਾ ਉਸ ਮਨੁੱਖ ਦਾ ਜਿਹੜਾ ਖੰਡੇ ਦੀ ਬਾਟੇ ਦੀ ਪੌਲ ਲੈ ਕੇ ਗੁਰਬਾਣੀ ਵਿੱਚ ਰਹਿ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਉਹਦਾ ਜੀਵਨ ਬਤੀਤ ਕਰਕੇ, ਸੋ ਉਹਦਾ ਜੀਵਨ ਇੱਕ ਬਦਲ ਜਾਂਦਾ, ਸੋਹਣਾ ਬਣ ਜਾਂਦਾ। ਨਸ਼ੇ ਨੂੰ ਲੈ ਕੇ ਕਿੱਦਾਂ? ਹਾਂ, ਨਸ਼ੇ ਜਿਹੜਾ ਅੱਜ ਬਹੁਤ ਜ਼ਿਆਦਾ ਜਿਹੜਾ ਤੁਸੀਂ ਵੇਖ ਸਕਦੇ ਹੋ ਪੰਜਾਬ ਦੇ ਵਿੱਚ ਜਿਹੜਾ ਵੱਧ ਰਿਹਾ ਹੈ, ਸੋ ਗੁਰੂ ਦੀ ਨਗਰੀ ਵਿੱਚ ਵੀ ਜਿਹੜਾ ਅੱਜ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ, ਜਿਸ ਦੀ ਕੋਈ ਇੱਕ ਹੱਦ ਹੀ ਨਹੀਂ ਹੈ। ਲੋਕ ਅੱਜ ਬੋਤਲਾਂ ਜਿਹੜੀਆਂ ਨਸ਼ੇ ਦੀਆਂ, ਦਾਰੂ ਦੀਆਂ, ਉਹ ਲੈ ਕੇ ਜੇਬ ਵਿੱਚ ਘੁੰਮ ਰਹੇ, ਜਿੱਦਾਂ ਆਮ ਠੰਡੇ ਦੀ ਪਾਣੀ ਦੀ ਬੋਤਲ ਜਿਹੜੀ ਆਮ ਵੇਚਣ ਨੂੰ ਅਸੀਂ ਘੁੰਮ ਰਹੇ ਹਾਂ ਨਾ, ਉਹ ਹੀ ਇੱਕ ਬੋਤਲ ਇੱਕ ਨਸ਼ੇ ਦੀ ਜਿਹੜੀ ਅਸੀਂ ਵੇਚ ਰਹੇ ਹਾਂ। ਅਤੇ ਨਸ਼ਾ ਜਿਹੜਾ ਹੈ ਅੱਜ ਵਪਾਰ ਨਸ਼ੇ ਦਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ, ਲੋਕ ਪਾਣੀ ਦੇ ਘੱਟ ਪੀ ਰਹੇ ਹਨ ਅਤੇ
ਸ਼ਰਾਬ ਜ਼ਿਆਦਾ ਪੀ ਰਹੇ ਆ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ? ਸੋ ਉਹਨਾਂ ਵਾਸਤੇ ਮੈਂ ਇਹੀ ਮੈਸੇਜ ਕਿ ਭਾਈ ਦੇਖੋ, ਇੱਕ ਸਿੱਖੀ ਬਹੁਤ ਜ਼ਰੂਰੀ ਹੈ। ਸਿੱਖੀ ਹੀ ਜਿਹੜੀ ਸਾਨੂੰ ਇੱਕ ਪਰਮਾਤਮਾ ਨਾਲ ਮਿਲਾਪ ਕਰਦੀ ਹੈ, ਪਰਮਾਤਮਾ ਨਾਲ ਜੋੜ ਦਿੰਦੀ ਹੈ। ਜੇ ਸਿੱਖੀ ਅਤੇ ਗੁਰਬਾਣੀ, ਇਹ ਦੋਵੇਂ ਚੀਜ਼ ਜਿਹੜੀ ਬਹੁਤ ਜ਼ਰੂਰੀ ਹਨ। ਜੇ ਬਾਣੀ ਅਸੀਂ ਪੜ੍ਹ ਰਹੇ ਹਾਂ, ਬਾਣੀ ਨੂੰ ਸਮਝ ਨਹੀਂ ਰਹੇ ਹਾਂ, ਅਤੇ ਬਾਣੀ ਅਨੁਸਾਰ ਜੇ ਜੀਵਨ ਨਹੀਂ ਅਸੀਂ ਆਪਣਾ ਢਾਲ ਰਹੇ ਹਾਂ, ਸੋ ਬਾਣੀ ਪੜ੍ਹਨ ਦਾ ਵੀ ਉਹ ਲਾਭ ਜਿਹੜਾ ਹੈ ਉਹਨਾਂ ਨਹੀਂ। ਜਿੰਨਾ ਅਸੀਂ ਸਮਝ ਕੇ ਇੱਕ ਕਰਾਂਗੇ ਉਹ ਇੱਕ ਵੱਖਰੀ ਗੱਲ ਬਣ ਜਾਂਦੀ ਕਿ ਜੀਵਨ ਵਿੱਚ ਸਾਡੇ ਅੰਦਰ ਗੁਰੂ ਦੀ ਸਿੱਖਿਆ ਆ ਗਈ ਹੈ, ਅਸੀਂ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਰਹੀ ਹੈ, ਅਸੀਂ ਗੁਰੂ ਦੇ ਆਖੇ ਆਪਾਂ ਤੁਰ ਪਏ ਹਾਂ। ਸੋ ਉਸ ਵਿੱਚ ਜੀਵਨ ਜਿਹੜਾ ਇੱਕ ਬਹੁਤ ਸੋਹਣਾ ਬਣ ਜਾਂਦਾ। ਇਕੱਲੀ ਗੁਰਬਾਣੀ ਆਪਾਂ ਪੜ੍ਹਨ ਨਾਲ ਹੀ ਜਿਹੜਾ ਉਧਾਰ ਨਹੀਂ ਹੁੰਦਾ, ਗੁਰਬਾਣੀ ਨੂੰ ਸਮਝਣਾ ਵੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਬਹੁਤ ਜ਼ਰੂਰੀ ਹੈ, ਅਤੇ ਰਹਿਤ ਮਰਿਆਦਾ ਵੀ ਜਿਹੜੀ ਆਪਣੇ ਜੀਵਨ ਵਿੱਚ ਲਿਆਉਣੀ ਇੱਕ ਬਹੁਤ ਹੀ ਉੱਤਮ। ਅਤੇ ਜਿਵੇਂ ਹੀ ਮੈਂ ਐਂਟਰ ਕੀਤੀ ਆਪਣੀ ਦੁਕਾਨ 'ਤੇ ਜਾਣ ਵਾਸਤੇ, ਤਾਂ ਮੈਂ ਇੱਕ ਆਟੋ ਖੜ੍ਹਾ ਦੇਖਿਆ ਜਿਸ ਉੱਤੇ ਗੁਰਬਾਣੀ ਦੀਆਂ ਕੁਛ ਲਾਈਨਾਂ ਲਿਖੀਆਂ ਸੀ, ਤਾਂ ਮੈਨੂੰ ਬੜਾ ਚੰਗਾ ਲੱਗਿਆ। ਔਰ ਮੈਂ ਵੈਸੇ ਵੀ ਅੱਜ ਗੁਰੂ ਵਿਸਾਖੀ ਦਾ ਦਿਨ ਹੈਗਾ, ਅਤੇ ਆਹ ਨਵੀਂ ਚੀਜ਼ ਦੇਖ ਕੇ ਮੈਨੂੰ ਵਧੀਆ ਲੱਗਿਆ ਕਿ ਆਹ ਸਰਦਾਰ ਸਾਹਿਬ ਜੋ ਵੀ ਆਟੋ ਚਲਾਉਂਦੇ ਨੇ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਨੇ। ਇੱਕ ਤਾਂ ਇਹਦੇ ਨਾਲ ਪੰਜਾਬੀਅਤ ਦਾ ਪ੍ਰਚਾਰ, ਆਪਣੇ ਵਿਰਸੇ ਨਾਲ ਜੁੜਨ ਦਾ, ਅਤੇ ਨਵੀਂ ਪੀੜ੍ਹੀ ਨੂੰ ਥੋੜ੍ਹੀ ਉਜਾਗਰਤਾ ਹੁੰਦੀ ਹੈ। ਅਤੇ ਨਾਲੇ ਜਦੋਂ ਕਿਤੇ ਸਿਗਨਲ 'ਤੇ ਆਟੋ ਰੁਕਿਆ ਹੋਵੇ ਨਾ, ਅਤੇ ਬੰਦੇ ਦਾ ਪਿੱਛੇ ਲਿਖੀ ਹੋਈ ਚੀਜ਼ 'ਤੇ ਨਜ਼ਰ ਪੈਂਦੀ ਹੈ, ਅਤੇ ਚਲੋ ਬੰਦਾ ਥੋੜ੍ਹਾ ਜਿਹਾ ਪੜ੍ਹ ਲੈਂਦਾ, ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਜਾਗਰੂਕਤਾ ਆਉਂਦੀ ਹੈ ਕਿ ਚਲੋ ਉੱਠ ਜਾਈਏ, ਅਸੀਂ ਵੀ ਕੋਈ ਅੱਛੀ ਚੀਜ਼ ਹੈਗੀ ਹੈ। ਅਤੇ ਬੜਾ ਵਧੀਆ ਲੱਗਿਆ ਮੈਨੂੰ। ਅਤੇ ਉਪਰਾਲਾ, ਥੋੜ੍ਹੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਬਈ ਗੁਰੂਆਂ ਦੇ ਨਾਮ ਜਪਿਆ ਕਰੋ, ਮੈਨੂੰ ਬੜੀ ਸ਼ਰਮ ਆਈ ਕਿ ਮੈਨੂੰ ਗੁਰੂਆਂ ਦੇ ਨਾਮ ਹੀ ਨਹੀਂ ਸੀ ਆਉਂਦੇ ਸਾਰੇ ਦੇ ਸਾਰੇ, ਹੈ ਨਾ। ਫਿਰ ਮੈਂ ਯੂਟਿਊਬ ਤੋਂ ਲੱਭ ਕੇ, ਅਤੇ ਮੈਂ ਗੁਰੂਆਂ ਦੇ ਨਾਮ ਇੱਕ ਪੇਜ 'ਤੇ ਲਿਖੇ, ਅਤੇ ਮੈਂ ਪੜ੍ਹੇ, ਅਤੇ ਮੈਂ ਆਪਣੀ ਬੇਟੀ ਨੂੰ ਬੋਲਿਆ ਕਿ ਮੈਂ ਕਿਹਾ ਬੇਟਾ ਤੁਹਾਨੂੰ 10 ਗੁਰੂਆਂ ਦੇ ਨਾਮ ਪਤਾ? ਕਹਿੰਦੀ ਹਾਂ ਮੈਨੂੰ ਪਤਾ। ਮੈਂ ਕਿਹਾ ਸੁਣਾ। ਉਹਨੇ ਮੈਨੂੰ ਸੁਣਾਏ, ਤਾਂ ਪੂਰੇ ਬੜੇ ਵਧੀਆ ਸੁਣਾਏ। ਮੈਂ ਕਿਹਾ ਤੈਨੂੰ ਕਿਵੇਂ ਪਤਾ? ਕਹਿੰਦੀ ਹੈ ਕਿ ਨਾਨੀ ਜਦੋਂ ਸਾਨੂੰ ਛੋਟੇ ਹੁੰਦਿਆਂ ਨੂੰ ਪਾਠ ਕਰਾਉਂਦੇ ਸੀ, ਫਿਰ ਇੱਕ ਇੱਕ ਬੱਚੇ ਤੋਂ ਅਰਦਾਸ ਕਰਾਉਂਦੇ ਸੀ, ਅਰਦਾਸ 'ਚ ਸਾਰੇ ਗੁਰੂਆਂ ਦੇ ਨਾਮ ਹੈ। ਔਰ ਮੈਨੂੰ ਆਪਣੇ ਆਪ 'ਤੇ ਬੜੀ ਸ਼ਰਮਿੰਦਗੀ ਹੋਈ ਕਿ ਮੇਰੇ ਬੱਚੇ ਨੂੰ ਪਤਾ, ਅਤੇ ਮੈਂ ਉਦੋਂ ਤੋਂ ਜਾਗੀ ਹਾਂ। ਹੁਣ ਅੱਜ ਬਹੁਤ ਅੱਛਾ ਉਪਰਾਲਾ ਹੈਗਾ। ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦਾ ਨੀਂਹ ਪੱਥਰ ਰੱਖਿਆ, ਸਿੱਖਾਂ ਦੀ ਨੀਂਹ ਰੱਖੀ ਸੀ, ਅਤੇ ਅੱਜ ਆਹ ਵਧੀਆ ਦੇਖ ਕੇ ਮੈਨੂੰ ਅੱਛਾ ਲੱਗਿਆ। ਨਵੀਂ ਪੀੜ੍ਹੀ ਦਾ ਪ੍ਰਚਾਰ ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ। ਐਕਚੁਅਲੀ ਮੈਂ ਦੇਖਿਆ ਕਿ ਕੋਈ ਵੀ ਕਲਚਰ ਦੇ ਲੋਕ ਜਦੋਂ ਦੂਜੇ ਸ਼ਹਿਰ 'ਚ ਵੀ ਜਾਂਦੇ ਨੇ, ਉਹ ਆਪਣੀ ਭਾਸ਼ਾ 'ਚ ਗੱਲ ਕਰਦੇ ਨੇ ਆਪਣੇ ਪਰਿਵਾਰ ਨਾਲ, ਔਰ ਅਸੀਂ ਉਸ ਤੋਂ ਦੂਰ ਹੁੰਦੇ ਜਾ ਰਹੇ ਹਾਂ, ਔਰ ਅਸੀਂ ਆਪਣਾ ਹਿੰਦੀ ਔਰ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ। ਮੈਂ ਕਹਿੰਦੀ ਹਾਂ ਇਹ ਜ਼ਰੂਰੀ ਨੇ ਚੀਜ਼ਾਂ ਆਉਣੀਆਂ ਸਾਰੀਆਂ ਭਾਸ਼ਾਵਾਂ 'ਚ ਆਉਂਦੀਆਂ, ਕਿਉਂਕਿ ਜਿਵੇਂ ਅਸੀਂ ਆਪਣੇ ਪੰਜਾਬ 'ਚੋਂ ਬਾਹਰ ਨਿਕਲਾਂਗੇ ਤਾਂ ਸਾਨੂੰ ਇੰਗਲਿਸ਼ ਨਹੀਂ ਆਏਗੀ, ਤਾਂ ਵੀ ਅਸੀਂ ਆਪਣੇ ਆਪ ਨੂੰ ਪਿਛੜੇ ਜੇ ਸਮਝਾਂਗੇ, ਪਰ ਘਰ 'ਚ ਐਟਲੀਸਟ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਭਾਸ਼ਾ 'ਚ ਜ਼ਰੂਰ ਗੱਲ ਕਰਿਆ ਕਰੀ। ਜਦੋਂ ਅਸੀਂ ਗੱਡੀ 'ਚ ਉਤਰੇ, ਸਾਡੇ ਸਕੂਲ ਵਾਲੇ ਵੀ ਕਹਿੰਦੇ ਆ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ। ਅਤੇ ਮੈਂ ਆਟੋ ਵੇਖਿਆ, ਇੱਥੇ ਸਾਰਾ ਲਿਖਿਆ ਅਤੇ ਪੜ੍ਹਿਆ, ਮੈਨੂੰ ਬਹੁਤ ਵਧੀਆ ਲੱਗਿਆ। ਪੰਕਤੀਆਂ ਲਿਖੀਆਂ ਹੋਈਆਂ ਨੇ ਇਹਦੇ ਉੱਪਰ, ਇਹਨਾਂ 'ਤੇ ਲਿਖਿਆ ਦਸ਼ਮੇਸ਼ ਗੁਰੂ ਪਿਤਾ ਜੀ ਸ਼੍ਰੀ ਅਨੰਦਪੁਰ ਸਾਹਿਬ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਸਾਡਾ ਪੰਜਾਬ ਕੇਸਗੜ੍ਹ ਸਾਹਿਬ। ਵਧੀਆ ਲੱਗਿਆ ਪੰਕਤੀਆਂ ਪੜ੍ਹ ਕੇ। ਹਾਂਜੀ, ਹੋਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਤੁਸੀਂ ਗੁਰਸਿੱਖ ਬਣਨ ਦੇ? ਅਸੀਂ ਦੇਣਾ ਚਾਹੀਦਾ ਕਿ ਸਾਰੇ ਸਿੱਖ ਬਣੋ, ਨਾਮ ਜਪੋ ਵੰਡ ਛਕੋ।